ਨਾਜ਼ਰੀਨ, ਮਵੈਸ਼ੀ ਮੰਡੀ ਕਸੂਰ, ਚੰਨ ਦੀ 2 ਤਰੀਕ ਹੋ ਗਈ ਏ ਅਤੇ ਕਸੂਰ 'ਚ ਮੰਡੀ ਲੱਗ ਚੁੱਕੀ ਏ ਅਤੇ ਜਾਨਵਰ ਜਿਹੜੇ ਨੇ ਵਪਾਰੀ ਜਿਹੜੇ ਜਿੰਨੇ ਵੀ ਵਪਾਰੀ ਹਜ਼ਰਾਤ ਜਾਨਵਰ ਮੰਡੀ ਦੇ ਅੰਦਰ ਲਿਆਉਣਾ ਸ਼ੁਰੂ ਹੋ ਗਏ ਨੇ ਅਤੇ ਚੰਨ ਦੀ 2 ਤਰੀਕ ਤੁਸੀਂ ਵੇਖਦੇ ਪਏ ਜੇ ਮੰਡੀ ਦਾ ਮਾਹੌਲ ਉਸ ਤਰ੍ਹਾਂ ਜਿਸ ਤਰ੍ਹਾਂ ਪਿਛਲੇ ਸਾਲ ਗਹਿਮਾ ਗਹਿਮੀ ਦਾ ਮਾਹੌਲ ਸੀ ਅਤੇ ਉਸ ਤਰ੍ਹਾਂ ਮਾਹੌਲ ਨਹੀਂ ਬਣਦਾ ਪਿਆ। ਪਿਛਲੇ ਸਾਲ ਅਸਾਂ ਜਾਨਵਰ ਲੈ ਕੇ ਆਏ ਸਾਂ ਅਤੇ ਪਹਿਲੇ ਚੰਨ ਦੀ ਪਹਿਲੀ ਰਾਤ ਮੰਡੀ ਫੁੱਲ ਜ਼ੋਰ ਸ਼ੋਰ ਨਾਲ ਗਾਹਕ ਔਰ ਜਾਨਵਰਾਂ ਨਾਲ ਫੁੱਲ ਭਰੀ ਗਈ ਸੀ ਅਤੇ ਇਸ ਵਕਤ ਜਿਹੜਾ ਮੰਡੀ ਦਾ ਤੁਸੀਂ ਹਾਲਾਤ ਵੇਖਦੇ ਪਏ ਜੇ ਇੱਧਰ ਵੀ ਵਪਾਰੀ ਬੈਠੇ ਨੇ ਅਤੇ ਕੋਈ ਮਾਹੌਲ ਨਹੀਂ ਬਣਦਾ ਪਿਆ। ਵਪਾਰੀ ਸਾਰੇ ਵਿਹਲੇ ਬੈਠੇ ਨੇ, ਜਾਨਵਰ ਵੀ ਸਾਰਿਆਂ ਨੇ ਬੰਨੇ ਨੇ, ਲੇਕਿਨ ਗਾਹਕ ਇੰਨਾ ਜ਼ਿਆਦਾ ਨਹੀਂ ਹੈਗਾ। ਚੰਨ ਦੀ 2 ਤਰੀਕ ਹੋ ਗਈ ਏ ਅਤੇ ਬਾਹਰ ਜਿਹੜੇ ਮਾਲਕਾਂ ਕੋਲ ਜਾਨਵਰ ਖਰੀਦਣ ਜਾਈਏ ਅਤੇ ਬਹੁਤ ਜ਼ਿਆਦਾ ਉਹ ਰੇਟ ਮੰਗਦੇ ਨੇ, ਲੇਕਿਨ ਇੱਥੇ ਮਹਿੰਗਾਈ ਦੀ ਵਜ੍ਹਾ ਤੋਂ ਕੁਛ ਗੰਦਮ ਦਾ ਰੇਟ ਔਰ ਮੱਕੀ ਦੇ ਰੇਟ ਦੀ ਵਜ੍ਹਾ ਤੋਂ ਸਰਕਾਰੀ ਰੇਟ ਥੱਲੇ ਆਏ ਨੇ, ਉਹਦੀ ਵਜ੍ਹਾ ਤੋਂ ਸਾਰੇ ਡਰੇ ਪਏ ਨੇ ਅਤੇ ਵਪਾਰੀ ਬਹੁਤ ਜ਼ਿਆਦਾ ਪਰੇਸ਼ਾਨ ਨੇ। ਇਹ ਤੁਹਾਡੇ ਸਾਹਮਣੇ ਨੇ ਸਾਰੇ ਵਪਾਰੀ ਮੰਜਿਆਂ 'ਤੇ ਪਏ ਨੇ, ਉਹ ਅੱਲਾ ਅੱਲਾ ਕਰਦੇ ਪਏ ਨੇ ਇਸ ਗੱਲ 'ਤੇ ਵੀ ਅੱਲਾ ਮੀਆਂ ਕੋਈ ਗਾਹਕ ਲਾਵੇ। ਬਹੁਤ ਭਾਰੀ ਰਕਮਾਂ, ਭਾਰੀ ਭਰਕਮ ਰਕਮਾਂ ਜਿਹੜੀਆਂ ਨੇ ਖਰਚ ਕਰਤੇ ਜਾਨਵਰਾਂ ਦੀ ਖਰੀਦੋ ਫਰੋਖਤ ਕੀਤੀ ਏ ਅਤੇ ਇਸ ਵਕਤ ਮੰਡੀ ਦੇ ਹਾਲਾਤ ਤੁਸੀਂ ਵੇਖਦੇ ਪਏ ਜੇ ਇਹ ਕਸੂਰ ਬਾਈਪਾਸ 'ਤੇ ਮੰਡੀ ਲੱਗੀ ਏ ਅਤੇ ਜਿਹੜੀਆਂ ਇਹਨਾਂ ਦੀਆਂ ਤਹਫਜ਼ਾਤ ਨੇ, ਸਰਕਾਰੀ ਟੀਮਾਂ ਜਿਹੜੀਆਂ ਨੇ ਅਤੇ ਦਵਾਈ ਵਾਲੀਆਂ ਇਹਨਾਂ ਦਾ ਸਿਹਤ ਵਾਸਤੇ, ਕੋਈ ਬਿਮਾਰੀਆਂ ਵਾਸਤੇ ਉਹ ਵੀ ਲੱਗੇ ਨੇ। ਲੇਕਿਨ ਇਹ ਵਪਾਰੀਆਂ ਕੋਲ ਪੁੱਛਣੇ ਆ ਵੀ ਕੀ ਖਿਆਲ ਏ, ਇਸ ਤਰ੍ਹਾਂ ਕਿਉਂ ਜੀ, ਕੀ ਹਿਸਾਬ ਕਿਤਾਬ ਏ, ਕੋਈ ਗਾਹਕ ਆਉਂਦਾ ਪਿਆ? ਗਾਹਕ ਤਾਂ ਕੋਈ ਨਹੀਂ ਆਉਂਦਾ ਪਿਆ, ਬਾਹਰ ਦੇ ਲੋਕ ਜਿਹਨਾਂ ਡੰਗਰ ਹੈਗੇ ਨਾ ਉਹ ਪੈਸੇ ਬੜੇ ਮੰਗਦੇ ਪਏ ਨੇ, ਗੱਲ ਜੀ ਲੱਖ ਦੀ ਚੀਜ਼ 2 ਲੱਖ ਰੁਪਏ ਮੰਗਦੇ ਪਏ ਨੇ ਜੀ। ਨਾਜ਼ਰੀਨ ਤੁਸੀਂ ਵੇਖਦੇ ਪਏ ਜੋ ਕਹਿ ਰਹੇ ਨੇ ਜਿਹੜੇ ਨੇ, ਗਾਹਕ ਇੰਨਾ ਜ਼ਿਆਦਾ ਨਹੀਂ ਹੈਗਾ, ਜਾਨਵਰ ਬਹੁਤ ਮਹਿੰਗਾ ਬਾਹਰ ਚੁੱਕਿਆ ਹੈ ਕਿਉਂਕਿ ਮਹਿੰਗਾਈ ਦੀ ਵਜ੍ਹਾ ਤੋਂ ਜਿਨ੍ਹਾਂ ਨੇ ਮਾਲਕਾਂ ਨੇ ਜਿਹੜੇ ਜਾਨਵਰ ਮਹਿੰਗਾ ਲਿਆ ਨੇ ਅਤੇ ਲੇਕਿਨ ਇੱਥੇ ਰੇਟ ਜਿਹੜੇ ਨੇ ਕੰਮ ਲਾਉਂਦੇ ਪਏ ਨੇ। ਇਹ ਕਸੂਰ ਬਾਈਪਾਸ 'ਤੇ ਤੁਸੀਂ ਇਹ ਵਪਾਰੀ ਆ ਸਾਰੇ ਪਰੇਸ਼ਾਨ, ਤੁਸੀਂ ਵੇਖਦੇ ਪਏ ਜੇ ਕੋਈ ਜਾਨਵਰਾਂ ਨੂੰ ਖਰੀਦਣ ਵਾਸਤੇ ਕੋਈ ਵਪਾਰੀ ਖਰੀਦਦਾਰ ਨਹੀਂ ਆ ਰਿਹਾ, ਕਸੂਰ ਤੋਂ ਸ਼ਹਿਰੀ ਕੋਈ ਗਾਹਕ ਨਹੀਂ ਆਇਆ, ਪਰੇਸ਼ਾਨ ਵਪਾਰੀ ਸਾਰੇ ਬੈਠੇ ਨੇ। ਚੰਨ ਦੀ 2 ਤਰੀਕ ਹੋ ਗਈ ਏ ਅਤੇ ਇਹ ਤੁਹਾਨੂੰ ਵਹਾਣੇ ਆ ਸੌਦਾਬਾਜ਼ੀ। ਹਾਂਜੀ ਭਾਈ ਜਾਨ, ਕੋਈ ਖਰੀਦੇ ਪਏ ਜੇ? ਆਈਏ ਵੇਖ ਰਹੇ ਨੇ, ਆਈਏ ਜਿਹੜਾ ਗਾਹਕ ਜਿੰਨਾ ਵੀ ਹੋਏ ਉਹ ਚਸਕਾ ਲੈਣ ਵਾਲਾ ਗਾਹਕ ਆ, ਚਸਕਾ ਲੈ ਰਹੇ ਨੇ, ਮੰਡੀ ਦਾ ਮਾਹੌਲ ਵੇਖ ਰਹੇ ਨੇ, ਦੇਖ ਰਹੇ ਨੇ ਕਿੰਨਾ ਕੁ ਰੇਟ ਏ। ਡਰਦੇ ਡਰਦੇ ਕੋਈ ਜਿਹੜਾ ਵਪਾਰੀ 2 ਲੱਖ ਰੁਪਈਆ ਜਿੰਦਾ ਰੇਟ ਕਰਦਾ ਹੈ ਅਤੇ ਡਰਦੇ ਡਰਦੇ 1,30,000, 1,20,000 ਲਾਉਂਦੇ ਨੇ, ਕਿਤੇ ਵਪਾਰੀ ਜਿਹੜਾ ਨਾ ਸਾਨੂੰ ਰੱਸਾ ਹੀ ਨਾ ਫੜਾ ਦੇਵੇ। ਅਤੇ ਇਹ ਵਪਾਰੀ ਵੇਚਦੇ ਪਏ ਨੇ, ਇਹ ਗਾਹਕ ਆਏ ਨੇ ਪਸੰਦ ਕਰਦੇ ਪਏ ਨੇ। ਅਤੇ ਇੱਧਰ ਛੋਟਾ ਬੱਕਰੇ ਦੀ ਵੀ ਜਿਹੜੀ ਏ, ਛੋਟੇ ਬੱਕਰਿਆਂ ਦੀ ਵੀ ਮੰਡੀ ਲੱਗੀ ਏ, ਛੋਟਾ ਜਾਨਵਰ ਬਹੁਤ ਜ਼ਿਆਦਾ ਇੱਧਰ ਬਾਬਲ ਨਗਰ ਪਾਸਿਓਂ, ਰਾਜਨਪੁਰ ਬਾਬਲ ਨਗਰ ਪਾਸਿਓਂ ਆਉਂਦਾ ਨਾ ਸਾਰਾ ਜਾਨਵਰ, ਇਹ ਵੀ ਤੁਸੀਂ ਵੇਚਦੇ ਪਏ ਜੇ ਕੋਈ ਐਡਾ ਜ਼ੋਰ ਸ਼ੋਰ ਨਾਲ ਕੋਈ ਜਿਹੜਾ ਨਾ ਮੰਡੀ ਨਹੀਂ ਸੱਜੀ, ਕੋਈ ਗਾਹਕ ਨਹੀਂ ਹੈਗਾ, ਪਰੇਸ਼ਾਨ ਨੇ ਹਾਲਾਤ, ਬਹੁਤ ਜਿਹੜੇ ਨਾ ਪਰੇਸ਼ਾਨ ਕੁੰਨ ਨੇ ਵਪਾਰੀਆਂ ਵਾਸਤੇ। ਅਤੇ ਇਹ ਦਿਨਾਂ 'ਚ ਮੰਡੀ ਫੁੱਲ ਉਰੂਜ ਅਤੇ ਭਰੀਜੀ ਹੁੰਦੀ ਏ ਅਤੇ ਇਹ ਡਿਗਰ ਦਾ ਵੇਲਾ ਫੁੱਲ ਜਿਹੜਾ ਇਹਦਾ ਗਾਹਕ ਆਇਆ ਹੁੰਦਾ। ਅਤੇ ਨਾਜ਼ਰੀਨ ਤੁਸੀਂ ਇਹ ਵੱਛਾ ਵੇਖਦੇ ਪਏ ਜੇ, ਮਾਸ਼ਾਅੱਲਾ ਕਿੱਡਾ ਸੋਹਣਾ ਵੱਛਾ ਹੈ ਅਤੇ ਇਹਦੀ ਜਿਹੜਾ ਵਪਾਰੀ ਨੇ
3.5 ਲੱਖ ਰੁਪਇਆ ਜਿਹੜਾ ਇਹਦੀ ਕੀਮਤ ਕਹਿ ਰਹੇ ਨੇ। ਔਰ ਇਹ ਬੱਚਾ ਦੇਸੀ ਤੇ ਇਹ ਬੱਚਾ ਇਹ ਦੋਂਦਾ ਬੱਚਾ ਤੇ ਇਹ ਬੱਚੇ ਦੀ 3,20,000 ਰੁਪਇਆ ਕੀਮਤ ਹੈ ਇਹਨਾਂ ਵੱਲੋਂ। ਅਗਰ ਜੇ ਕਿਸੇ ਨੂੰ ਵੀ ਇਹ ਚਾਹੀਦਾ ਹੋਵੇ ਤੁਸੀਂ ਡਿਸਕ੍ਰਿਪਸ਼ਨ 'ਚ ਇਹਦਾ ਨੰਬਰ ਦਿਆਂ ਦੇ ਅਸਾਂ ਰਾਬਤਾ ਕਰ ਸਕਦਾ ਬਾਈਪਾਸ ਕਸੂਰ ਮਵੈਸ਼ੀ ਮੰਡੀ 'ਚ।